ਨਮਸਕਾਰ ਦੋਸਤੋ ਪੀਟੈਡ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਦਾ ਸਭ ਤੋਂ ਟੌਪਿਕ ਹੈ ਜੀ ਨਿਆਂਪਾਲਿਕਾ ਇਸ ਤੋਂ ਪਹਿਲਾਂ ਬਹੁਤ ਸਾਰੇ ਟੌਪਿਕ ਅਸੀਂ ਡਿਸਕਸ ਕਰਕੇ YouTube ਦੇ ਉੱਤੇ ਪਾਏ ਹੋਏ ਨੇ ਜਿਸ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਦੇਖ ਸਕਦੇ ਹੋ ਦੋਸਤੋ ਸਰਕਾਰ ਦੇ ਤਿੰਨ ਮੁੱਖ ਅੰਗ ਹਨ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਨਿਆਂਪਾਲਿਕਾ ਵਿਧਾਨਪਾਲਿਕਾ ਕਾਨੂੰਨ ਬਣਾਉਂਦੀ ਹੈ ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਜਦੋਂ ਕਿ ਨਿਆਂਪਾਲਿਕਾ ਇਨਸਾਫ ਕਰਦੀ ਹੈ ਜੇਕਰ ਕਿਸੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਤਾਂ ਨਿਆਂਪਾਲਿਕਾ ਇਨਸਾਫ ਕਰਕੇ ਨਿਆਂ ਕਰਕੇ ਉਸ ਦੀ ਤੁਕਵੀਂ ਸਜ਼ਾ ਜਿਹੜੀ ਇਹੋ ਦਿੰਦੀ ਹੈ ਲੋਕਤੰਤਰ ਸਰਕਾਰ ਵਿੱਚ ਨਿਆਂਪਾਲਿਕਾ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸ ਨੂੰ ਸੰਵਿਧਾਨ ਦੀ ਰਖੀਅਕ ਮੰਨਿਆ ਗਿਆ ਹੈ ਤੇ ਲੋਕਤੰਤਰ ਦੀ ਪਹਿਰੇਦਾਰ ਅਤੇ ਅਧਿਕਾਰਾਂ ਤੇ ਸੁਤੰਤਰਤਾ ਦੇ ਇਸ ਨੂੰ ਸਮਰਥਕ ਕਿਹਾ ਗਿਆ ਹੈ ਸੰਘਾਤਮਕ ਪ੍ਰਣਾਲੀ ਵਿੱਚ ਨਿਆਂਪਾਲਿਕਾ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਇਸ ਵਿੱਚ ਕੇਂਦਰ ਅਤੇ ਰਾਜਾਂ ਵਿਚਕਾਰ ਝਗੜਿਆਂ ਦਾ ਨਿਪਟਾਰਾ ਕਰਨ ਲਈ ਸੰਵਿਧਾਨ ਦੀ ਰਾਖੀ ਅਤੇ ਇਸ ਦੀ ਨਿਰਪੱਖ ਵਿਆਖਿਆ ਲਈ ਨਿਆਂਪਾਲਿਕਾ ਨੂੰ ਵਿਸ਼ੇਸ਼ ਭੂਮਿਕਾ ਨਿਭਾਉਣੀ ਪੈਂਦੀ ਹੈ ਸੋ ਨੇਪਾਲ ਕਾ ਦੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਅਸੀਂ ਅੱਜ ਕਰਾਂਗੇ ਜੀ ਸਭ ਤੋਂ ਪਹਿਲਾ ਪ੍ਰਸ਼ਨ ਹੈ ਭਾਰਤ ਦੀ ਸੁਪਰੀਮ ਕੋਰਟ ਦੀ ਧਾਰਨਾ ਕਿਸ ਸੰਵਿਧਾਨ ਤੋਂ ਲਈ ਗਈ ਹੈ ਉੱਤਰ ਹੈ ਜੀ ਅਮਰੀਕੀ ਸੰਵਿਧਾਨ ਤੋਂ ਜਿਹੜੀ ਹੈ ਭਾਰਤੀ ਸੁਪਰੀਮ ਕੋਰਟ ਦੀ ਧਾਰਨਾ ਜਿਹੜੀ ਉਹ ਲਈ ਗਈ ਹੈ ਅੱਗੇ ਹੈ ਜੀ ਪ੍ਰਸ਼ਨ ਨੰਬਰ 2 ਭਾਰਤੀ ਸੰਵਿਧਾਨ ਦੇ ਕਿਸ ਅਨੁਸ਼ੇਦ ਰਾਹੀਂ ਸਰਵ ਉੱਚ ਅਦਾਲਤ ਦੀ ਵਿਵਸਥਾ ਕੀਤੀ ਗਈ ਹੈ ਉੱਤਰ ਹੈ ਜੀ ਅਨੁਸ਼ੇਦ 124 ਦੇ ਰਾਹੀਂ ਸੰਵਿਧਾਨ ਦੇ ਵਿੱਚ ਜਿਹੜੀ ਹੈ ਸਰਵ ਉੱਚ ਅਦਾਲਤ ਦੀ ਵਿਵਸਥਾ ਕੀਤੀ ਗਈ ਹੈ। ਪ੍ਰਸ਼ਨ ਨੰਬਰ 3 ਸਰਵ ਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ? ਉੱਤਰ ਹੈ ਜੀ 31 ਜਿਹੜੀ ਹੈ ਇਸ ਦੀ ਗਿਣਤੀ ਹੋ ਸਕਦੀ ਹੈ ਪਰ ਸੰਵਿਧਾਨ ਦੇ ਵਿੱਚ ਇਹ ਗਿਣਤੀ ਨਿਸ਼ਚਿਤ ਨਹੀਂ। ਇਹ ਜਿਹੜੀ ਹੈ ਗਿਣਤੀ ਵਧਾਈ ਜਾ ਸਕਦੀ ਹੈ। ਸ਼ੁਰੂ ਦੇ ਵਿੱਚ ਆਰੰਭ ਵਿੱਚ ਜਦੋਂ ਇਸ ਦੀ ਗਿਣਤੀ ਜਿਹੜੀ ਹੈ ਇੱਕ ਮੁੱਖ ਜੱਜ ਅਤੇ 7 ਹੋਰ ਜੱਜ ਕੁੱਲ ਜਿਹੜੀ 8 ਸੀ ਔਰ 1956 ਦੇ ਐਕਟ ਦੇ ਵਾਰਾਂਹੀ ਜਿਹੜੀ ਗਿਣਤੀ ਵਧਾ ਕੇ ਇੱਕ ਮੁੱਖ ਜੱਜ ਤੇ 10 ਹੋਰ ਜੱਜ 11 ਕਰ ਦਿੱਤੀ ਗਈ 1960 ਦਾ ਜਿਹੜਾ ਸੰਸਦ ਕਾਨੂੰਨ ਹੈ ਉਸ ਦੇ ਅਨੁਸਾਰ ਇੱਕ ਮੁੱਖ ਜੱਜ ਤੇ 13 ਹੋਰ ਜੱਜ ਕੁੱਲ ਜਿਹੜੀ ਗਿਣਤੀ 14 ਕਰ ਦਿੱਤੀ ਗਈ 1978 ਦੇ ਵਿੱਚ ਜਿਹੜੀ ਇੱਕ ਮੁੱਖ ਜੱਜ ਤੇ 17 ਹੋਰ ਜੱਜ ਇਸ ਦੀ ਗਿਣਤੀ 18 ਹੋ ਗਈ 23 ਅਪ੍ਰੈਲ 1986 ਨੂੰ ਇਸ ਤੇ ਜੱਜਾਂ ਦੀ ਗਿਣਤੀ 26 ਹੋ ਗਈ ਜਿਸ ਦੇ ਵਿੱਚ ਇੱਕ ਮੁੱਖ ਜੱਜ ਤੇ 25 ਹੋ ਜੱਜ ਸਨ 22 ਦਸੰਬਰ 2008 ਤੋਂ ਇਸ ਦੀ ਗਿਣਤੀ ਜਿਹੜੀ ਹੈ 31 ਚੱਲੀ ਆ ਰਹੀ ਹੈ ਜਿਸ ਦੇ ਵਿੱਚ ਇੱਕ ਮੁੱਖ ਜੱਜ ਤੇ 30 ਜਿਹੜੇ ਨੇ ਹੋਰ ਜੱਜ ਸ਼ਾਮਿਲ ਹਨ ਪ੍ਰਸ਼ਨ ਨੰਬਰ 4 ਸਰਵ ਉੱਚ ਅਦਾਲਤ ਦੇ ਮੁੱਖ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ ਸਰਵ ਉੱਚ ਅਦਾਲਤ ਦੇ ਮੁੱਖ ਜੱਜ ਅਤੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ਉੱਤਰ ਹੈ ਜੀ ਰਾਸ਼ਟਰਪਤੀ ਜਿਹੜਾ ਹੈ ਸਰਵ ਉੱਚ ਅਦਾਲਤ ਦੇ ਜੱਜ ਦੀ ਔਰ ਬਾਕੀ ਜੱਜਾਂ ਦੀ ਜਿਹੜੀ ਨਿਯੁਕਤੀ ਉਹ ਕਰਦਾ ਹੈ ਰਾਸ਼ਟਰਪਤੀ ਸਰਵਉੱਚ ਅਦਾਲਤ ਦੇ ਮੁੱਖ ਜੱਜ ਤੋਂ ਬਾਅਦ ਜਿਹੜੇ ਜੱਜਾਂ ਦੀ ਨਿਯੁਕਤੀ ਕਰਦਾ ਹੈ ਉਹ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੀ ਸਲਾਹ ਦੇ ਨਾਲ ਕਰਦਾ ਹੈ। ਪ੍ਰਸ਼ਨ ਨੰਬਰ 5 ਮੁੱਖ ਜੱਜ ਬਣ ਲਈ ਘੱਟੋ-ਘੱਟ ਯੋਗਤਾ ਕੀ ਨਿਸ਼ਚਿਤ ਕੀਤੀ ਗਈ ਹੈ? ਨੰਬਰ 1 ਤੇ ਉਹ ਵਿਅਕਤੀ ਭਾਰਤ ਦਾ ਨਾਗਰਿਕ ਹੋਵੇ। ਨੰਬਰ 2 ਤੇ ਲਗਾਤਾਰ 5 ਸਾਲ ਉੱਚ ਅਦਾਲਤ ਜਾਂ ਜੱਜ ਰਿਹਾ ਹੋਵੇ ਜਾਂ 10 ਸਾਲ ਲਗਾਤਾਰ ਉੱਚ ਅਦਾਲਤ ਵਿੱਚ ਵਕਾਲਤ ਕੀਤੀ ਹੋਵੇ। ਨੰਬਰ 4 ਹੈ ਜੀ ਰਾਸ਼ਟਰਪਤੀ ਦੀ ਨਜ਼ਰ ਵਿੱਚ ਉੱਗਾ ਕਾਨੂੰਨਦਾਨ ਹੋਵੇ। ਪ੍ਰਸ਼ਨ ਨੰਬਰ 6 ਹੈ ਜੀ ਸਰਵ ਉੱਚ ਅਦਾਲਤ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਉੱਤਰ ਹੈ ਜੀ 65 ਸਾਲ ਦੀ ਉਮਰ ਤੱਕ ਜਿਹੜਾ ਸਰਵ ਉੱਚ ਅਦਾਲਤ ਦਾ ਜੱਜ ਹੈ ਉਹ ਕੰਮ ਕਰਦਾ ਹੈ ਉਸ ਦਾ ਕਾਰਜਕਾਲ 65 ਸਾਲ ਦੀ ਉਮਰ ਤੱਕ ਹੁੰਦਾ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ 7 ਕੀ ਸਰਵ ਉੱਚ ਅਦਾਲਤ ਦੇ ਜੱਜ ਨੂੰ ਕਾਰਜਕਾਲ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ ਉੱਤਰ ਹੈ ਜੀ ਮਹਾਦੋਸ਼ ਲਾ ਕੇ ਹਟਾਇਆ ਜਾ ਸਕਦਾ ਹੈ ਜੇਕਰ ਸੰਸਦ ਦੇ ਦੋਵੇਂ ਸਦਨ ਬਹੁਮਤ ਨਾਲ 2/3 ਦੋ ਤਿਹਾਈ ਬਹੁਮਤ ਦੇ ਨਾਲ ਵੱਖ-ਵੱਖ ਬੈਠ ਕੇ ਮਤਾ ਪਾਸ ਕਰਨ ਤਾਂ ਸਰਵ ਉੱਚ ਅਦਾਲਤ ਦੇ ਜੱਜ ਨੂੰ ਹਟਾਇਆ ਜਾ ਸਕਦਾ ਹੈ ਪ੍ਰਸ਼ਨ ਨੰਬਰ 8 ਸਰਵ ਉੱਚ ਅਦਾਲਤ ਦੇ ਜੱਜਾਂ ਨੂੰ ਅਹੁਦਾ ਸੰਭਾਲਣ ਤੋਂ ਪਹਿਲਾਂ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਸੌਂ ਕੌਣ ਚੁਕਾਉਂਦਾ ਹੈ ਉੱਤਰ ਹੈ ਜੀ ਰਾਸ਼ਟਰਪਤੀ ਜਾਂ ਉਸ ਵੱਲੋਂ ਸਥਾਪਿਤ ਅਧਿਕਾਰੀ ਜਿਹੜਾ ਹੈ ਉਹ ਸਰਵ ਉੱਚ ਅਦਾਲਤ ਦੇ ਜੱਜਾਂ ਨੂੰ ਸੌਂ ਚੁਕਾਉਂਦਾ ਹੈ ਪ੍ਰਸ਼ਨ ਨੰਬਰ 9 ਕਿਹੜੇ ਮੁਕਦਮੇ ਸਿੱਧੇ ਸੁਪਰੀਮ ਕੋਰਟ ਵਿੱਚ ਸ਼ੁਰੂ ਕੀਤੇ ਜਾ ਸਕਦੇ ਹਨ ਉੱਤਰ ਹੈ ਜੀ ਕੇਂਦਰ ਅਤੇ ਰਾਜਾਂ ਦੇ ਝਗੜੇ ਦੋ ਜਾਂ ਦੋ ਤੋਂ ਵੱਧ ਰਾਜਾਂ ਦੇ ਝਗੜੇ ਉਪ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਦੀ ਚੋਣ ਦਾ ਜੇ ਝਗੜਾ ਹੁੰਦਾ ਹੈ ਉਹ ਜਿਹੜੇ ਇਸ ਤਰ੍ਹਾਂ ਦੇ ਮੁਕੱਦਮੇ ਨੇ ਸਿੱਧੇ ਸੁਪਰੀਮ ਕੋਰਟ ਦੇ ਵਿੱਚ ਸ਼ੁਰੂ ਕੀਤੇ ਜਾ ਸਕਦੇ ਨੇ। ਪ੍ਰਸ਼ਨ ਨੰਬਰ 10 ਕੀ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਮਾਮਲਾ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਸਰਵਉੱਚ ਅਦਾਲਤ ਵਿੱਚ ਲਿਜਾਇਆ ਜਾ ਸਕਦਾ ਹੈ? ਹਾਂ ਜੀ ਮੌਲਿਕ ਅਧਿਕਾਰਾਂ ਦੀ ਜੇ ਉਲੰਘਣਾ ਹੁੰਦੀ ਹੈ ਤਾਂ ਇਸ ਨਾਲ ਸੰਬੰਧਿਤ ਜਿਹੜਾ ਮੁਕੱਦਮਾ ਹੈ ਉਹ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਲਿਜਾਇਆ ਜਾ ਸਕਦਾ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ 11 ਸਰਵ ਉੱਚ ਅਦਾਲਤ ਦੇ ਕਾਰਜ ਖੇਤਰ ਨੂੰ ਵਧਾਉਣ ਦਾ ਅਧਿਕਾਰ ਕਿਸ ਕੋਲ ਹੈ ਉੱਤਰ ਹੈ ਜੀ ਸੰਸਦ ਕੋਲ ਪ੍ਰਸ਼ਨ ਨੰਬਰ 12 دیਵਾਨੀ ਮੁਕਦਮੇ ਕਿਹੜੇ ਹੁੰਦੇ ਹਨ ਉੱਤਰ ਹੈ ਜੀ ਪੈਸੇ ਅਤੇ ਸੰਪਤੀ ਨਾਲ ਸੰਬੰਧਿਤ ਜਿਹੜੇ ਮੁਕਦਮੇ ਨੇ ਉਹਨਾਂ ਨੂੰ دیਵਾਨੀ ਮੁਕਦਮੇ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 13 ਸਿਵਲ ਮੁਕਦਮੇ ਕਿਹੜੇ ਹੁੰਦੇ ਹਨ ਆਮ ਲੋਕਾਂ ਨਾਲ ਸੰਬੰਧਿਤ ਮੁਕਦਮੇ ਜਿਵੇਂ ਨਾਗਰਿਕਾਂ ਦੇ ਮੌਲਿਕ ਅਧਿਕਾਰ ਵਿਆਹ ਤਲਾਕ ਜ਼ਮੀਨੀ ਝਗੜੇ ਆਦਤ ਜਿਹੜੇ ਨੇ ਇਸ ਤਰ੍ਹਾਂ ਦੇ ਮਕਦਮੇ ਨੇ ਉਹ ਸਿਵਲ ਮਕਦਮੇ ਹੁੰਦੇ ਹਨ ਅੱਗੇ ਹੈ ਜੀ ਪ੍ਰਸ਼ਨ ਨੰਬਰ 14 ਫੌਜਦਾਰੀ ਝਗੜੇ ਕਿਹੜੇ ਹੁੰਦੇ ਹਨ ਉੱਤਰ ਹੈ ਜੀ ਮਾਰ ਧਾੜ ਲੜਾਈ ਝਗੜੇ ਦੇ ਨਾਲ ਜਿਹੜੇ ਸਬੰਧਤ ਮਕਦਮੇ ਹੁੰਦੇ ਨੇ ਉਹਨਾਂ ਨੂੰ ਫੌਜਦਾਰੀ ਮਕਦਮੇ ਕਿਹਾ ਜਾਂਦਾ ਹੈ ਉਦਾਹਰਨ ਲਈ ਜੇਕਰ ਕਿਸੇ ਨੇ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਤਾਂ ਇਹ دیਵਾਨੀ ਮਕਦਮਾ ਹੈ ਪਰ ਉਸ ਦੇ ਦੌਰਾਨ ਕਬਜ਼ੇ ਦੇ ਦੌਰਾਨ ਜੇ ਕੋਈ ਲੜਾਈ ਝਗੜਾ ਹੁੰਦਾ ਹੈ ਉਸ ਦੇ ਵਿੱਚ ਕਿਸੇ ਨੂੰ ਸੱਟ ਫਿਟ ਲੱਗਦੀ ਹੈ ਜਾਂ ਕੋਈ ਕਤਲ ਹੋ ਜਾਂਦਾ ਹੈ ਤਾਂ ਫਿਰ ਉਹ ਜਿਹੜਾ ਦਿਵਾਨੀ ਮੁਕਦਮੇ ਦੇ ਨਾਲ-ਨਾਲ ਫੌਜਦਾਰੀ ਮੁਕਦਮਾ ਵੀ ਚਲਾਇਆ ਜਾਂਦਾ ਹੈ। ਪ੍ਰਸ਼ਨ ਨੰਬਰ 15 ਸਿਵਲ ਮੁਕਦਮੇ ਸੰਬੰਧੀ ਜ਼ਿਲ੍ਹੇ ਦੀ ਸਭ ਤੋਂ ਉੱਚੀ ਅਦਾਲਤ ਕਿਹੜੀ ਹੈ? ਉੱਤਰ ਹੈ ਜੀ ਸਿਵਲ ਮੁਕਦਮੇ ਸੰਬੰਧੀ ਜਿਹੜੀ ਜ਼ਿਲ੍ਹੇ ਦੀ ਉੱਚ ਅਦਾਲਤ ਹੈ ਉਸ ਨੂੰ ਜ਼ਿਲ੍ਹਾ ਅਦਾਲਤ ਕਿਹਾ ਜਾਂਦਾ ਹੈ ਡਿਸਟ੍ਰਿਕਟ ਕੋਰਟ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 16 ਫੌਜਦਾਰੀ ਮੁਕਦਮੇ ਸੰਬੰਧੀ ਜ਼ਿਲ੍ਹੇ ਦੀ ਸਭ ਤੋਂ ਉੱਚੀ ਅਦਾਲਤ ਕਿਹੜੀ ਹੈ ਉੱਤਰ ਹੈ ਜੀ ਸੈਸ਼ਨ ਕੋਰਟ ਹੈ ਔਰ ਇਸ ਦੇ ਵਿੱਚ ਜਿਹੜਾ ਮੁਕੱਦਮਾ ਹੈ ਉਹ ਧਾਰਾ 134 ਦੇ ਤਹਿਤ ਚੱਲਦਾ ਹੈ ਅਗੇ ਹੈ ਜੀ ਪ੍ਰਸ਼ਨ ਨੰਬਰ 17 ਧਾਰਾ 136 ਤਹਿਤ ਸੁਪਰੀਮ ਕੋਰਟ ਨੂੰ ਕਿਹੜਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ਉੱਤਰ ਹੈ ਜੀ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਸੁਣ ਸਕਦੀ ਹੈ ਧਾਰਾ 136 ਦੇ ਤਹਿਤ ਸੁਪਰੀਮ ਕੋਰਟ ਨੂੰ ਇਹ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ਕਿ ਜੇ ਹੇਠਲੀਆਂ ਅਦਾਲਤਾਂ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਨੇ ਉਹਨਾਂ ਦੇ ਵਿਰੁੱਧ ਉਹ ਅਪੀਲ ਸੁਣ ਸਕਦੀ ਹੈ। ਪ੍ਰਸ਼ਨ ਨੰਬਰ 18 ਵਿਸ਼ੇਸ਼ ਅਦਾਲਤਾਂ ਦੇ ਫੈਸਲੇਆਂ ਵਿਰੁੱਧ ਅਪੀਲ ਕਿੱਥੇ ਕੀਤੀ ਜਾ ਸਕਦੀ ਹੈ? ਵਿਸ਼ੇਸ਼ ਅਦਾਲਤਾਂ ਦੇ ਫੈਸਲਿਆਂ ਦੇ ਵਿਰੁੱਧ ਸਿਰਫ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਜਾ ਸਕਦੀ ਹੈ। ਇਹ ਅਪੀਲ ਜਿਹੜੀ ਹੈ 30 ਦਿਨ ਦੇ ਅੰਦਰ ਅੰਦਰ ਕੀਤੀ ਜਾ ਸਕਦੀ ਹੈ। ਪ੍ਰਸ਼ਨ ਨੰਬਰ 19 ਜਨ ਹਿੱਤ ਮਕਦਮਾ ਕਿਸ ਦੇ ਵਿਰੁੱਧ ਕੀਤਾ ਜਾ ਸਕਦਾ ਹੈ? ਉੱਤਰ ਹੈ ਜੀ ਸਰਕਾਰ ਦੇ ਕਿਸੇ ਵਿਭਾਗ ਜਾ ਅਧਿਕਾਰੀ ਜਾਂ ਸੰਸਥਾ ਦੇ ਵਿਰੁੱਧ ਜਿਹੜਾ ਜਨ ਹਿੱਤ ਮੁਕਦਮਾ ਉਹ ਕੀਤਾ ਜਾ ਸਕਦਾ ਹੈ। ਪ੍ਰਸ਼ਨ ਨੰਬਰ 20 ਨਿਆਂਪਾਲਿਕਾ ਦੀ ਨਿਆਇਕ ਪੁਨਰ ਨਿਰੀਖਣ ਦੀ ਸ਼ਕਤੀ ਤੋਂ ਕੀ ਭਾਵ ਹੈ? ਉੱਤਰ ਹੈ ਜੀ ਨਿਆਇਕ ਪੁਨਰ ਨਿਰੀਖਣ ਦੀ ਜਿਹੜੀ ਸ਼ਕਤੀ ਮਿਲੀ ਹੈ ਇਸ ਦੇ ਅਨੁਸਾਰ ਨਿਆਂਪਾਲਿਕਾ ਦੇਖਦੀ ਹੈ ਕਿ ਕਾਰਜਪਾਲਿਕਾ ਦੁਆਰਾ ਜਾਰੀ ਕੀਤਾ ਗਿਆ ਆਦੇਸ਼ ਅਤੇ ਵਿਧਾਨਪਾਲਿਕਾ ਦੁਆਰਾ ਪਾਸ ਕੀਤਾ ਗਿਆ ਕੋਈ ਕਾਨੂੰਨ ਸੰਵਿਧਾਨ ਦੇ ਵਿਰੁੱਧ ਤਾਂ ਨਹੀਂ ਜੇਕਰ ਨਿਆਂਪਾਲਿਕਾ ਅਜਿਹਾ ਮਹਿਸੂਸ ਕਰਦੀ ਹੈ ਕਿ ਕਾਰਜਪਾਲਿਕਾ ਨੇ ਅਜਿਹਾ ਕਾਨੂੰਨ ਮਤਲਬ ਜਾਰੀ ਕੀਤਾ ਹੈ ਜਾਂ ਵਿਧਾਨਪਾਲਿਕਾ ਨੇ ਅਜਿਹਾ ਕਾਨੂੰਨ ਪਾਸ ਕੀਤਾ ਹੈ ਜੋ ਸੰਵਿਧਾਨ ਦੇ ਵਿਰੁੱਧ ਹੈ ਤਾਂ ਉਹ ਅਜਿਹੇ ਕਾਨੂੰਨ ਨੂੰ ਰੱਦ ਕਰ ਸਕਦੀ ਹੈ ਇਸ ਨੂੰ ਸਰਵਉੱਚ ਅਦਾਲਤ ਦੀ ਜਿਹੜੀ ਹੈ ਨਿਆਂਇਕ ਪੁਨਨ ਰਿਖਣ ਦੀ ਸ਼ਕਤੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 21 किस दी आज्ञा ਨਾਲ ਸਰਵ ਉੱਚ ਅਦਾਲਤ ਭਾਰਤ ਵਿੱਚ ਕਿਸੇ ਵੀ ਸਥਾਨ ਤੇ ਲਗਾਈ ਜਾ ਸਕਦੀ ਹੈ ਉੱਤਰ ਹੈ ਜੀ ਰਾਸ਼ਟਰਪਤੀ ਦੀ ਆਗਿਆ ਦੇ ਨਾਲ ਸਰਵੋੱਚ ਅਦਾਲਤ ਹੈ ਜਿਹੜੀ ਭਾਰਤ ਦੇ ਵਿੱਚ ਕਿਤੇ ਵੀ ਲਗਾਈ ਜਾ ਸਕਦੀ ਹੈ ਜਦ ਕਿ ਇਸ ਦਾ ਜਿਹੜਾ ਸਥਾਈ ਸਥਾਨ ਹੈ ਉਹ ਦਿੱਲੀ ਹੈ ਪ੍ਰਸ਼ਨ ਨੰਬਰ 22 ਸਰਵ ਉੱਚ ਅਦਾਲਤ ਵਿੱਚ ਅਪੀਲ ਸੁਣਨ ਲਈ ਘੱਟੋ ਘੱਟ ਕਿੰਨੇ ਜੱਜਾਂ ਦਾ ਹੋਣਾ ਜ਼ਰੂਰੀ ਹੈ ਉੱਤਰ ਹੈ ਜੀ ਤਿੰਨ ਜੱਜਾਂ ਦਾ ਜਿਹੜਾ ਹੋਣਾ ਉਹ ਜ਼ਰੂਰੀ ਹੈ ਪ੍ਰਸ਼ਨ ਨੰਬਰ 23 ਭਾਰਤ ਵਿੱਚ ਕਿੰਨੀਆਂ ਉੱਚ ਅਦਾਲਤਾਂ ਹਨ ਉੱਤਰ ਹੈ ਜੀ 24 ਉੱਚ ਅਦਾਲਤਾਂ ਨੇ ਭਾਰਤ ਦੇ ਵਿੱਚ ਜਦ ਕਿ ਰਾਜਾਂ ਦੀ ਗਿਣਤੀ ਜਿਹੜੀ 29 ਹੈ ਕਈ ਰਾਜਾਂ ਦੀਆਂ ਸਾਂਝੀਆਂ ਉੱਚ ਅਦਾਲਤਾਂ ਨੇ ਜਿਵੇਂ ਕਿ ਚੰਡੀਗੜ੍ਹ ਜਿਹੜੀ ਹੈ ਪੰਜਾਬ ਤੇ ਹਰਿਆਣਾ ਦੀ ਦੋਵਾਂ ਦੀ ਸਾਂਝੀ ਉੱਚ ਅਦਾਲਤ ਹੈ ਪ੍ਰਸ਼ਨ ਨੰਬਰ 24 ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ਉੱਤਰ ਹੈ ਜੀ ਰਾਸ਼ਟਰਪਤੀ ਸਰਵ ਉੱਚ ਅਦਾਲਤ ਦੇ ਮੁੱਖ ਜੱਜਾਂ ਅਤੇ ਰਾਜਪਾਲ ਦੀ ਸਲਾਹ ਦੇ ਨਾਲ ਜਿਹੜੀ ਹੈ ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ਪ੍ਰਸ਼ਨ ਨੰਬਰ 25 ਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਕੌਣ ਨਿਸ਼ਚਿਤ ਕਰਦਾ ਹੈ ਉੱਤਰ ਹੈ ਉੱਤਰ ਹੈ ਜੀ ਰਾਸ਼ਟਰਪਤੀ ਜਿਹੜਾ ਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਨਿਸ਼ਚਿਤ ਕਰਦਾ ਹੈ ਕਿਉਂਕਿ ਇਸ ਦੀ ਕਿਤੇ ਵੀ ਇਸ ਦੀ ਗਿਣਤੀ ਦਾ ਨਿਸ਼ਚਿਤ ਗਿਣਤੀ ਦਾ ਜ਼ਿਕਰ ਨਹੀਂ ਹੈ ਸਮੇਂ-ਸਮੇਂ ਤੇ ਅਨੁਸਾਰ ਜਿਹੜਾ ਰਾਸ਼ਟਰਪਤੀ ਹੈ ਉਹ ਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਨਿਸ਼ਚਿਤ ਕਰਦਾ ਹੈ ਪ੍ਰਸ਼ਨ ਨੰਬਰ 26 ਉੱਚ ਅਦਾਲਤ ਦੇ ਜੱਜਾਂ ਦੇ ਲਈ ਮੁੱਖ ਯੋਗਤਾਵਾਂ ਕਿਹੜੀਆਂ ਹਨ ਉੱਤਰ ਹੈ ਜੀ ਨੰਬਰ 1 ਕਿਤੇ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਨੰਬਰ 2 ਹੈ ਜੀ ਭਾਰਤ ਵਿੱਚ 10 ਸਾਲ ਕਿਸੇ ਨਿਆਇਕ ਪਦਵੀ ਤੇ ਉਸਨੇ ਕੰਮ ਕੀਤਾ ਹੋਵੇ ਜਾਂ ਉੱਚ ਅਦਾਲਤ ਵਿੱਚ 10 ਸਾਲ ਵਕੀਲ ਰਿਹਾ ਹੋਵੇ। ਪ੍ਰਸ਼ਨ ਨੰਬਰ 27 ਉੱਚ ਅਦਾਲਤ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਉੱਤਰ ਹੈ ਜੀ 62 ਸਾਲ ਦੀ ਉਮਰ ਤੱਕ ਜਿਹੜੇ ਉੱਚ ਅਦਾਲਤ ਦੇ ਜੱਜ ਨੇ ਉਹ ਆਪਣੀ ਪਦਵੀ ਤੇ ਕੰਮ ਕਰ ਸਕਦੇ ਨੇ। ਪ੍ਰਸ਼ਨ ਨੰਬਰ 28 ਕੀ ਉੱਚ ਅਦਾਲਤ ਤੇ ਜੱਜਾਂ ਦਾ ਤਬਾਦਲਾ ਕੀਤਾ ਜਾ ਸਕਦਾ ਹੈ? ਉੱਤਰ ਹੈ ਜੀ ਉੱਚ ਅਦਾਲਤ ਦੇ ਜੱਜਾਂ ਦਾ ਜਿਹੜਾ ਤਬਾਦਲਾ ਹੈ ਉਹ ਦੂਜੀ ਉੱਚ ਅਦਾਲਤ ਦੇ ਵਿੱਚ ਕੀਤਾ ਜਾ ਸਕਦਾ ਹੈ ਪਰ ਇਸ ਦੇ ਲਈ ਰਾਸ਼ਟਰਪਤੀ ਨੂੰ ਜਿਹੜੀ ਹੈ ਸਰਵ ਉੱਚ ਅਦਾਲਤ ਦੇ ਜੱਜ ਦੀ ਜਿਹੜੀ ਸਹਿਮਤੀ ਉਹ ਲੈਣੀ ਪੈਂਦੀ ਹੈ ਪ੍ਰਸ਼ਨ ਨੰਬਰ 29 ਉੱਚ ਅਦਾਲਤ ਦੇ ਜੱਜਾਂ ਨੂੰ ਪਦਵੀ ਸੁਭਾਲਣ ਤੋਂ ਪਹਿਲਾਂ ਸੌਂ ਕੌਣ ਚੁਕਾਉਂਦਾ ਹੈ ਉੱਤਰ ਹੈ ਜੀ ਰਾਜ ਦਾ ਜਿਹੜਾ ਰਾਜਪਾਲ ਹੈ ਜਾਂ ਉਸ ਵੱਲੋਂ ਸਥਾਪਿਤ ਅਧਿਕਾਰੀ ਜਿਹੜੀ ਹੈ ਉੱਚ ਅਦਾਲਤ ਦੇ ਜੱਜਾਂ ਨੂੰ ਪਦਵੀ ਸੁਭਾਲਣ ਤੋਂ ਪਹਿਲਾਂ ਸੌਂ ਚੁਕਾਉਂਦਾ ਹੈ ਜਦਕਿ ਸਰਵ ਉੱਚ ਅਦਾਲਤ ਦੇ ਜੱਜਾਂ ਨੂੰ ਸੁਪਰੀਮ ਕੋਰਟ ਦੇ ਜੱਜਾਂ ਨੂੰ ਰਾਸ਼ਟਰਪਤੀ ਸੋਂ ਚੁਕਾਉਂਦਾ ਹੈ ਪ੍ਰਸ਼ਨ ਨੰਬਰ 3 ਉੱਚ ਅਦਾਲਤ ਉੱਚ ਅਦਾਲਤ ਦੇ ਜੱਜਾਂ ਨੂੰ ਕਾਰਜਕਾਲ ਤੋਂ ਪਹਿਲਾਂ ਕਿਵੇਂ ਹਟਾਇਆ ਜਾ ਸਕਦਾ ਹੈ ਉੱਤਰ ਹੈ ਜੀ ਮਹਾਦੋਸ਼ ਦੁਆਰਾ ਸੰਸਦ ਦੇ 2/3 ਬਹੁਮਤ ਦੇ ਨਾਲ ਜਿਹੜਾ ਹੈ ਉੱਚ ਅਦਾਲਤ ਦੇ ਜੱਜਾਂ ਨੂੰ ਕਾਰਜਕਾਲ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ ਪ੍ਰਸ਼ਨ ਨੰਬਰ 31 ਕਿੰਨੇ ਰੁਪਏ ਦੀ ਰਕਮ ਜਾਂ ਸੰਪਤੀ ਦੇ ਪ੍ਰਸ਼ਨ ਦੀ ਅਪੀਲ ਉੱਚ ਅਦਾਲਤ ਵਿੱਚ ਕੀਤੀ ਜਾ ਸਕਦੀ ਹੈ ਉੱਤਰ ਹੈ ਜੀ 5000 ਜਾਂ ਇਸ ਤੋਂ ਜ਼ਿਆਦਾ ਜਿਹੜੀ ਸੰਪਤੀ ਦਾ ਝਗੜਾ ਹੈ ਉਹ ਉੱਚ ਅਦਾਲਤ ਦੇ ਵਿੱਚ ਅਪੀਲ ਉਸ ਦੀ ਕੀਤੀ ਜਾ ਸਕਦੀ ਹੈ ਪ੍ਰਸ਼ਨ ਨੰਬਰ 32 ਕਿਹੜੇ ਮੁਕਦਮੇ ਵਿੱਚ ਉੱਚ ਅਦਾਲਤ ਦੇ ਅਰੰਭਕ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਉੱਤਰ ਹੈ ਜੀ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਮੁਕਦਮੇ ਤਲਾਕ ਵਸੀਅਤ ਜਲ ਸੈਨਾ ਵਿਭਾਗ ਅਦਾਲਤ ਦਾ ਅਪਮਾਨ ਕੰਪਨੀ ਕਾਨੂੰਨ ਆਦਿ ਨਾਲ ਸੰਬੰਧਿਤ ਜਿਹੜੇ ਮੁਕਦਮੇ ਨੇ ਉਹ ਉੱਚ ਅਦਾਲਤ ਦੇ ਅਰੰਭਕ ਅਧਿਕਾਰ ਖੇਤਰ ਵਿੱਚ ਆਉਂਦੇ ਹਨ। ਪ੍ਰਸ਼ਨ ਨੰਬਰ 33 ਕੀ ਸਰਵ ਉੱਚ ਅਦਾਲਤ ਦਾ ਜੱਜ ਰਿਟਾਇਰ ਹੋਣ ਮਗਰੋਂ ਵਕਾਲਤ ਕਰ ਸਕਦਾ ਹੈ? ਨਹੀਂ। ਸਰਵ ਉੱਚ ਅਦਾਲਤ ਦਾ ਜੱਜ ਜਿਹੜਾ ਰਿਟਾਇਰ ਹੋਣ ਤੋਂ ਬਾਅਦ ਕਿਸੇ ਵੀ ਅਦਾਲਤ ਦੇ ਵਿੱਚ ਵਕਾਲਤ ਨਹੀਂ ਕਰ ਸਕਦਾ। ਪ੍ਰਸ਼ਨ ਨੰਬਰ 34 ਸਰਵ ਉੱਚ ਅਦਾਲਤ ਦੀ ਪਹਿਲੀ ਇਸਤਰੀ ਜੱਜ ਕੌਣ ਸੀ? ਉੱਤਰ ਹੈ ਜੀ ਫਾਤਿਮਾ ਬੀਬੀ। ਪ੍ਰਸ਼ਨ ਨੰਬਰ 35 ਵਰਤਮਾਨ ਸਮੇਂ ਭਾਰਤ ਦੇ ਮੁੱਖ ਜੱਜ ਦਾ ਕੀ ਨਾਮ ਹੈ? ਜਸਟਿਸ ਦੀਪਿਕ ਮਿਸ਼ਰਾ ਵਰਤਮਾਨ ਸਮੇਂ ਜੇ ਭਾਰਤ ਦੇ ਮੁੱਖ ਜੱਜ ਦਾ ਨਾਮ ਜਸਟਿਸ ਜਸਟਿਸ ਦੀਪਿਕ ਮਿਸ਼ਰਾ ਹੈ ਜੀ ਪ੍ਰਸ਼ਨ ਨੰਬਰ 36 ਭਾਰਤ ਦੇ ਅਟਾਰਨੀ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ ਉੱਤਰ ਹੈ ਜੀ ਭਾਰਤ ਦਾ ਮੁੱਖ ਜੱਜ ਪ੍ਰਸ਼ਨ ਨੰਬਰ 37 ਵਰਤਮਾਨ ਅਟਾਰਨੀ ਜਨਰਲ ਦਾ ਕੀ ਨਾਮ ਹੈ ਉੱਤਰ ਹੈ ਜੀ ਸ੍ਰੀ ਕੇ ਕੇ ਵੀਨੂ ਗੋਪਾਲ ਜਿਹੜੇ ਨੇ ਉਹ ਵਰਤਮਾਨ ਭਾਰਤ ਦੇ ਅਟਾਰਨੀ ਜਨਰਲ ਹਨ ਸੋ ਦੋਸਤੋ ਇਹ ਸੀ ਮਹੱਤਵਪੂਰਨ ਪ੍ਰਸ਼ਨ ਨੇਪਾਲ ਕਾ ਦੇ ਨਾਲ ਸੰਬੰਧਿਤ ਇਸ ਤੋਂ ਪਹਿਲਾਂ ਅਸੀਂ ਸੰਸਦ ਤੇ ਰਾ ਸਰਕਾਰ ਸਬੰਧੀ ਜਿਹੜੀ ਹੈ ਪ੍ਰਸ਼ਨ ਉੱਤਰ ਕਰ ਚੁੱਕੇ ਹਾਂ ਉਹਨਾਂ ਨੂੰ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਹੋਰ ਜੇ ਵੀਡੀਓ ਪਸੰਦ ਆਏ ਤਾਂ ਇਸ ਨੂੰ ਲਾਈਕ ਕਰੋ ਔਰ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਧੰਨਵਾਦ